ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਅੱਜ ਅਸੀਂ ਜਿਸ ਸਥਾਨ ਦੇ ਉੱਤੇ ਬੈਠੇ ਹਾਂ, ਪਵਿੱਤਰ ਸਥਾਨ ਦੇ ਉੱਪਰ, ਜਿਹੜਾ ਕਿ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਰਿਹਾ, ਨਸ਼ਾ ਮੁਕਤੀ ਵਿਦਿਆਲਿਆ ਦੇ ਰੂਪ ਦੇ ਵਿੱਚ ਜਿਹੜਾ ਤੁਸੀਂ ਖੋਲ੍ਹਿਆ ਹੈਗਾ, ਕੀ ਇਹਦਾ ਮੰਤਵ ਸੀਗਾ ਅਤੇ ਕੀ ਕਹਿਣਾ ਚਾਹੋਗੇ? ਹਾਂਜੀ, ਇਹਨਾਂ ਮਹਾਂਪੁਰਖ ਪੂਰਨ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਦਿਆ ਸਿੰਘ ਜੀ ਦੀ ਦੇਣ ਹੈ ਇਹ। ਉਹਨਾਂ ਦੇ ਨਾਲ ਉਹਨਾਂ ਦੇ ਸਪੁੱਤਰ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਵਿਧੀ ਚੰਦ ਸਾਹਿਬ ਜੀ, ਉਹਨਾਂ ਵੱਲੋਂ ਇਹ ਉਪਰਾਲਾ ਸੀਗਾ ਵੀ ਜਿਹੜੇ ਵੀ ਨੌਜਵਾਨ ਭੱਲੇ ਭਟਕੇ ਨੇ, ਕੁਰਾਹੇ ਪਏ ਹੋਏ ਨੇ, ਮਾੜੀ ਸੰਗਤ ਦੇ ਵਿੱਚ ਪਏ ਹੋਏ ਨੇ, ਕਿਉਂਕਿ ਅਸੀਂ ਛੋਟੇ ਹੁੰਦਿਆਂ ਨੇ ਉਹ ਮਹਾਂਪੁਰਖਾਂ ਦੀ ਸੰਗਤ ਕੀਤੀ ਆ। ਸੰਗਤ ਦੇ ਵਿੱਚੋਂ ਸਾਨੂੰ ਇਹ ਚੀਜ਼ ਮਿਲੀ ਆ ਵੀ ਨੌਜਵਾਨ ਜੋ ਵੀ ਮਾੜੀ ਸੰਗਤ ਦੇ ਵਿੱਚ ਪਏ ਹੋਏ ਨੇ, ਉਹਨਾਂ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰਮਤ ਵਿੱਦਿਆ, ਗੁਰਮਤ ਦੀ ਸੰਥਿਆ, ਗੁਰਮਤ ਦੀ ਪੜ੍ਹਾਈ। ਗੁਰਮਤ ਦੀ ਪੜ੍ਹਾਈ ਤੋਂ ਬਿਨਾਂ ਉਹਨਾਂ ਨੂੰ ਬਚਣ ਦਾ ਹੋਰ ਕੋਈ ਵੀ ਉਪਰਾਲਾ ਨਹੀਂ ਹੈ। ਇੱਕੋ ਇੱਕ ਉਪਰਾਲਾ ਹੈ ਉਹਨਾਂ ਨੂੰ ਬਚਾਉਣ ਦਾ, ਵੀ ਗੁਰਬਾਣੀ ਦੀ ਵਿੱਦਿਆ ਮਿਲੇ, ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇ, ਗੁਰਮਤ ਤੋਂ ਪ੍ਰੇਰਨਾ ਦਿੱਤੀ ਜਾਵੇ ਬੱਚਿਆਂ ਨੂੰ, ਤਾਂ ਉਹ ਬੱਚੇ ਇਸ ਉਪਰਾਲੇ ਤੋਂ ਬਚ ਸਕਦੇ ਹਨ ਮਾੜੇ। ਬਾਬਾ ਜੀ, ਸਾਨੂੰ ਦੱਸੋ ਕਿ ਕਿੰਨੀ ਦੇਰ ਤੋਂ ਜਿਹੜਾ ਹੈਗਾ ਇਹ ਸਥਾਨ ਤੁਸੀਂ ਸਟਾਰਟ ਕੀਤਾ ਹੈਗਾ? ਇਹ ਤਕਰੀਬਨ ਸੇਵਾ 8 ਤੋਂ 10 ਸਾਲਾਂ ਤੋਂ ਚੱਲ ਰਹੀ ਹੈ ਜੀ ਸੇਵਾ ਇਹ, ਅਤੇ ਬਹੁਤ ਹੀ ਵਧੀਆ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ। ਇਹ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲਮਗੀਰ ਦੇ ਲਾਗੇ ਸਥਾਨ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰਮਤ ਵਿਦਿਆਲਾ, ਇੱਥੇ ਚਲਾਇਆ ਜਾ ਰਿਹਾ ਜੀ। ਵੀਰ ਜੀ, ਸਾਨੂੰ ਦੱਸੋ ਕਿ ਕਿਵੇਂ ਤੁਸੀਂ, ਅਸੀਂ ਦੇਖ ਰਹੇ ਹਾਂ ਕਿ ਆਮ ਨਸ਼ਾ ਮੁਕਤੀ ਕੇਂਦਰ ਜਿਹੜੇ ਹੈਗੇ ਆ ਉਹਨਾਂ ਦੇ ਨਾਲੋਂ ਇਹ ਬੜਾ ਅਜੀਬ ਅਲੱਗ ਤਰ੍ਹਾਂ ਦਾ, ਇਹ ਤਾਂ ਕਿਉਂ ਲੱਗਦਾ ਜਿੱਦਾਂ ਗੁਰਮਤ ਵਿਦਿਆਲਾ ਨਸ਼ਾ ਮੁਕਤੀ ਵਿਦਿਆਲਾ ਨਹੀਂ, ਜਿਵੇਂ ਗੁਰਮਤ ਵਿਦਿਆਲਾ ਹੋਵੇ? ਬੱਚਿਆਂ ਨੂੰ ਜੋ ਵੀ ਇੱਥੇ ਵਿੱਦਿਆ ਦਿੱਤੀ ਜਾਂਦੀ ਆ ਗੁਰਮਤ ਦੀ ਆ, ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਬੱਚੇ 4:30 ਵਜੇ ਤਕਰੀਬਨ ਸਾਡੇ ਬੱਚੇ ਉੱਠ ਖੜ੍ਹਦੇ ਨੇ, ਜੋ ਵੀ ਵਿਦਿਆਰਥੀ ਨੇ ਵਿਦਿਆਰਥੀ 4:30 ਵਜੇ ਉੱਠ ਕੇ ਉਹਨਾਂ ਨੇ ਇਸ਼ਨਾਨ ਪਾਨ ਕਰਕੇ ਆਪਣਾ ਤਕਰੀਬਨ 5:30-6 ਵਜੇ ਨੂੰ ਆਪਣਾ ਨਿਤਨੇਮ ਕਰਦੇ ਨੇ, ਸਿਮਰਨ ਕਰਦੇ ਨੇ ਸਵੇਰੇ 1 ਘੰਟਾ, ਤਕਰੀਬਨ ਸਵੇਰੇ ਪ੍ਰਭਾਤ ਫੇਰੀ ਹੁੰਦੀ ਆ ਘੁੰਮ ਕੇ, ਵਾਹਿਗੁਰੂ ਦਾ ਜਾਪ ਹੁੰਦਾ ਬੱਚਿਆਂ ਨੂੰ, ਉਸ ਤੋਂ ਬਾਅਦ 5 ਬਾਣੀਆਂ ਦਾ ਨਿਤਨੇਮ ਹੈ, ਆਸਾ ਦੀ ਵਾਰ ਆ, ਸੁਖਮਨੀ ਸਾਹਿਬ ਬੱਚੇ ਪੜ੍ਹਦੇ ਨੇ, ਗੁਰਮਤ ਦੇ ਨਾਲ ਹੀ ਬੱਚੇ ਇਸ ਪਾਸੇ ਨੂੰ ਜੁੜਦੇ ਨੇ। ਬਹੁਤ ਬੱਚੇ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਛਕ ਕੇ ਵੀ ਜਾ ਚੁੱਕੇ ਨੇ ਇੱਥੋਂ। ਵੀਰ ਜੀ, ਜਿਹੜੀ ਇਹ ਟਰਾਂਸਫੋਰਮੇਸ਼ਨ ਹੈਗੀ ਆ, ਜਿਹੜੀ ਕਿ ਇੱਕ ਬਦਲਾਅ ਜ਼ਿੰਦਗੀ ਦਾ ਜਿਹੜਾ ਬੱਚਿਆਂ 'ਚ ਆਉਂਦਾ, ਕਿਵੇਂ ਤੁਸੀਂ ਫਿਰ ਉਹਨਾਂ ਨੂੰ ਪਹਿਲਾਂ ਜਦੋਂ ਆਉਂਦੇ ਆ ਉਦੋਂ ਬੜੀ ਦਲਦਲ 'ਚ ਫਸੇ ਹੁੰਦੇ ਆ, ਉਹਨਾਂ ਦਾ ਦਿਲ ਨਹੀਂ ਕਰਦਾ ਹੁੰਦਾ ਕਿਸੇ ਨਾਲ ਗੱਲ ਕਰਨ ਦਾ, ਕਿਵੇਂ ਫਿਰ ਉਹ ਸਟੇਜ ਤੋਂ ਧੀਰੇ ਧੀਰੇ ਕਿਵੇਂ ਤੁਸੀਂ, ਕਿ ਜਿਹੜੀ ਕੰਪਨੀ ਹੈਗੀ ਤੁਹਾਡੀ, ਜਿਹੜੇ ਪਹਿਲਾਂ ਬੱਚੇ ਹੁੰਦੇ ਆ ਉਹ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਆ, ਕਿ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੀ ਇੰਨੀ ਹੈ ਵੀ ਬਾਬਾ ਬੁੱਧਾ ਸਿੰਘ ਜੀ ਦੇ ਨਾਮ 'ਤੇ ਆ ਵੀ ਉਹਦੇ ਨਾਲ ਮਨ ਬਦਲਣਾ ਸ਼ੁਰੂ ਹੋ ਜਾਂਦਾ? ਦੇਖੋ ਜੀ, ਮੇਨ ਇਹ ਗੁਰੂ ਸਾਹਿਬ ਦੀ ਕਿਰਪਾ ਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਆ ਬਹੁਤ ਸੋਹਣਾ, ਕਹਿੰਦੇ ਵੀ ਸਲੋਕ ਮਹੱਲਾ ਪਹਿਲਾ, ਬਿਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਵੀ ਕਿਸੇ ਬੱਚੇ ਦੇ ਵਿੱਚ ਬਦਲਾਵ ਆਉਣਾ ਤਾਂ ਉਹ ਗੁਰਬਾਣੀ ਨਾਲ ਹੀ ਆਉਣਾ ਹੈ। ਜਦੋਂ ਵੀ ਬੱਚਾ ਸਾਡੇ ਕੋਲ ਨਵਾਂ ਇੱਥੇ ਆਉਂਦਾ, ਮੰਨ ਲਓ ਕੋਈ ਬਹੁਤ ਜ਼ਿਆਦਾ ਡੋਜ ਵਾਲੇ ਬੱਚੇ ਵੀ ਆਉਂਦੇ ਨੇ, ਕਿਉਂਕਿ ਇੱਕ ਤਰ੍ਹਾਂ ਦਾ ਨਸ਼ਾ ਨਹੀਂ ਹੈਗਾ ਸਾਡੇ ਇੱਥੇ, ਬਹੁਤ ਤਰ੍ਹਾਂ ਦੇ ਨਸ਼ੇ ਨੇ ਇੱਥੇ ਪੰਜਾਬ ਦੇ ਵਿੱਚ, ਉਹ ਤੁਸੀਂ ਇੱਦਾਂ ਦੇ ਨਸ਼ੇ ਕਈ ਵਾਰ ਨਾਂ ਵੀ ਸੁਣ ਕੇ ਆਪਾਂ ਹੈਰਾਨ ਰਹਿ ਜਾਂਦੇ ਵੀ ਬੱਚੇ ਇੱਦਾਂ ਦਾ ਵੀ ਨਸ਼ਾ ਕਰਦੇ ਨੇ। ਜਦੋਂ ਇੱਥੇ ਬੱਚਾ ਆਉਂਦਾ, ਕਿਉਂਕਿ ਅਸੀਂ ਨਾ ਇੱਥੇ ਦਵਾਈ ਬੂਟੀ ਕੋਈ ਨਹੀਂ ਦਿੰਦੇ ਜੀ, ਗੁਰੂ ਸਾਹਿਬ ਦੀ ਬਖਸ਼ਿਸ਼ ਆ, ਨਿਤਨੇਮ ਅਤੇ ਸਿਮਰਨ ਦਾ ਪਹਿਰਾ ਹੀ ਇੰਨਾ ਇੱਥੇ ਤੇਜ਼ ਆ ਅਤੇ ਦਵਾਈ ਬੂਟੀ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ। ਬੱਚੇ ਦਵਾਈ ਬੂਟੀ ਨੂੰ ਆਪ ਹੀ ਮਨ੍ਹਾ ਕਰ ਦਿੰਦੇ, ਬਾਬਾ ਜੀ ਅਸੀਂ ਦਵਾਈ ਬੂਟੀ ਨਹੀਂ ਲੈਣੀ ਗੀ, ਸਾਨੂੰ ਸਿਮਰਨ ਦੀ ਭੁੱਖ ਲੱਗਦੀ ਆ, ਸਾਨੂੰ ਨਿਤਨੇਮ ਦੀ ਭੁੱਖ ਲੱਗਦੀ ਆ। ਇਹ ਚੀਜ਼ ਨਾਲ ਸਿਮਰਨ ਅਤੇ ਨਿਤਨੇਮ ਵੀ ਬੱਚਿਆਂ ਦੇ ਵਿੱਚ ਬਦਲਾਵ ਆਉਂਦਾ, ਹੋਰ ਕਿਸੇ ਚੀਜ਼ ਨਾਲ, ਦਵਾਈਆਂ ਬੂਟੀਆਂ ਨਾਲ। ਜੇ ਆਪਾਂ ਸੋਚੀਏ ਨਾ ਕੋਈ ਡਾਕਟਰ ਇਹ ਨਸ਼ਾ ਛਡਵਾ ਦੂਗਾ, ਕੋਈ ਨਾ ਕੋਈ ਦੁਨੀਆ ਦੀ ਤਾਕਤ ਡਾਕਟਰ ਨਸ਼ਾ ਛਡਵਾ ਸਕਦਾ ਅਤੇ ਨਾ ਹੀ ਬੱਚੇ ਛੱਡ ਸਕਦੇ ਨੇ। ਹਾਂ, ਬੱਚੇ ਨੂੰ ਪਿਆਰ ਕੇ, ਪ੍ਰੇਰਨਾ ਦੇ ਕੇ, ਚੰਗੇ ਪਾਸੇ ਲਿਆ ਕੇ, ਸੋਝੀ ਦੇ ਕੇ, ਉਸ ਬੱਚੇ ਨੂੰ ਚੰਗਾ ਬੈਠ ਕੇ ਸਮਝਾਇਆ ਜਾਵੇ ਤਾਂ ਬੱਚੇ ਦਾ ਮਨ ਬਦਲ ਸਕਦਾ, ਅਦਰਵਾਈਜ਼ ਬੱਚੇ ਦਾ ਮਨ ਨਹੀਂ ਬਦਲ ਸਕਦਾ। ਦੇਖੋ, ਇਹ ਵੀ ਉਪਰਾਲਾ ਇੱਕ, ਤਕਰੀਬਨ ਅਸੀਂ ਹਰ ਇੱਕ ਬੱਚਾ ਇੱਥੇ ਨਹੀਂ ਰੱਖਦੇ ਗੇ ਛੇਤੀ, ਕਿਤੇ ਪਰਿਵਾਰ ਦੀ ਪਹਿਲਾਂ ਪਿਛੋਕੜ ਕੀਤੀ ਹੈ, ਪਿਛੋਕੜ ਦੇਖਿਆ ਜਾਂਦਾ ਵੀ ਪਰਿਵਾਰ ਦਾ ਪਿਛੋਕੜ ਕਿੱਦਾਂ ਦਾ, ਪਰਿਵਾਰ ਗੁਰਮਤ ਦਾ ਧਾਰਨੀ ਹੈ, ਵਿੱਦਿਆ ਦਾ ਧਾਰਨੀ ਹੈ, ਗੁਰਮਤ ਦੀ ਮਰਿਆਦਾ ਦਾ ਧਾਰਨੀ ਹੈ। ਇਹ ਨਾ ਹੋਵੇ ਬੱਚਾ, ਕਈ ਪਰਿਵਾਰ ਸਾਨੂੰ ਕਹਿੰਦੇ ਨੇ ਬਾਬਾ ਜੀ ਸਾਡੇ ਬੱਚੇ ਨੂੰ ਅੰਮ੍ਰਿਤ ਛਕਾ ਦਿਓ, ਫਿਰ ਉਹ ਪਰਿਵਾਰ ਦੇਖੀਦਾ ਵੀ ਵਾਕਈ ਪਰਿਵਾਰ ਗੁਰਮਤ ਦਾ ਧਾਰਨੀ, ਪਰਿਵਾਰ ਅੰਮ੍ਰਿਤ ਛਕਣਾ ਚਾਹੁੰਦਾ। ਪਰਿਵਾਰ ਦੇ ਨਾਲ ਨਾਲ, ਬੱਚੇ ਦੇ ਨਾਲ ਨਾਲ ਪਰਿਵਾਰ ਨੂੰ ਵੀ ਬਦਲਣਾ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਜੇ ਇੱਥੋਂ ਬੱਚਾ ਅੰਮ੍ਰਿਤ ਛਕ ਕੇ ਚੱਲ ਜਾਂਦਾ ਸਾਡੇ ਕੋਲੋਂ ਅਤੇ ਘਰ ਦੇ ਵਿੱਚ ਰਹਿਣਾ ਤਾਂ ਫਿਰ ਉਸਨੇ ਉਹਨਾਂ ਦੇ ਵਿੱਚ ਹੀ ਹੈ, ਅਤੇ ਇਸ ਕਰਕੇ ਪਰਿਵਾਰ ਦਾ ਬਦਲਣਾ ਵੀ ਬਹੁਤ ਜ਼ਰੂਰੀ ਹੈ। ਪਰਿਵਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਨੇ ਉਹ ਪਹਿਲਾਂ ਆਪਣੇ ਆਪ ਨੂੰ ਖੁਦ ਬਦਲਣ,
फिर बच्चों के बदलाव आ सकता है। देखो जी ये जो बच्चे साढ़े को आते हैं नफरत के शिकार तो पहले ही होंगे, एको एक प्यार ही है गुरु घर का प्यार गुरु घर की विद्या जिस बच्चे बदलाव उन्होंने नाल बैठ के विचार करने हाँ पुत तुसी क्यों पर ये नशा कर चुके हो क्यों तुसी माड़ी संगत के गए हो ये चीज़ा बहुत मोटिव कर दियां ने। ये पूछना बच्चे पहला ही बच्चे असं पूछ लें भी पुत तू क्यों नशा कर लग्या है वो फिर बच्चे दे पता लग जाता भी परिवार के कोई कलेश है जां कोई यारी दोस्ती दे लग्या होया हो बच्चे ने सानू सारा कुछ प्यार ना जो असं पूछ रहे सानू बच्चे दस देंदे बाबा जी असं इस करके नशा कर लगे हैं जां साढ़े यारां दोस्तां ने सानू लाता। बहुत बच्चे सानू इदां कहिंदे ने बाबा जी साढ़े यारां दोस्तां ने सानू नशा लाता, फिर उन्हां नू प्यार नाल समझाईदा पुत भी यार दोस्त कदी भी नशा नहीं लाउंदा गा दुश्मन नशा लाउंदा है, यार दोस्त ये दल दल दे विचों कढ़दे ने फड़ के। कि बाबा जी जिहड़े पुराने स्टूडेंट हुंदे आ फिर वह भी तुहाडे नाल गुरमत दे धारनी बन के तुहाडी हैल्प करदे आ और उन्हां नू काउंसलिंग सैल ते होर, क्योंकि जदों बंदा नशे खाधे वाले बंदे नू मिलदा जिहड़े नशा छड्ड के गिरिया हुंदा तां उदों उहदा माइंड सैट अप डबल बदलदा। हाँ जी बहुत बच्चे ने देखो जिहड़े बच्चे साडे कोल विद्यार्थी विद्यालय दे जा चुके ने अपने परिवारां दे विच भी जांदे रहिंदे ने उह फिर साढ़े को आ जाते हैं बाबा जी असं सेवा करना चाहते हैं साढ़े नाल दे बच्चे ने जोड़े देखो असी तोड़ कट्टी है असी उख्याई कट्टी है असी उन्होंने बच्चों की सेवा करनी चाहते बाबा जी सानू इतें रखो 10-15 दिन रखो असी फिर उन्होंने यही कही पर तुहाडा अपना घर है तुम आ सकते हो साढ़े को 10 दिन रहो 15 दिन रहो। बहुत बच्चे ने साढ़े नाल भी आते जाते हैं हूँ जोड़े बच्चे परिवार की सहमति नाल इतने अपनी मर्जी ने इतने आ जाते हैं वो तो चलो आ ही जाते हैं पर बहुत बच्चे इदा के ने जो शरारती अनसुंद जिन्हों घर जा के लिया पैंता पर उ बच्चे ब द्वारा उन्होंने लैके आते हैं जो बच्चे नशा छड़ चुके हैं कोई इतने तनखा तो नहीं बंदा रख्या होगा सिर्फ उ बच्चे सेवादार अपने दिलों सेवा करते हैं बाबा जी भी असी ये कोड आ जोड़ा पंजाब साढ़े बढ़िया हुआ असी रल मिल के इकट्ठे हो के आप क्ढा। बाबा जी थोड़ा बहुत बहुत धन्यवाद। हम अभी चाहवागे कि वह महापुरख जिन्होंने बाबा बिकर सिंह जी जिन्होंने सारी जिंदगी अपनी जी है गुरमत लगाई है गुरु ग्रंथ साहब के धार नहीं रहे असं उन्होंने नाल भी दो शब्द साझे करिए। बाबा जी थोड़ा धन्यवाद है इस शो के जिद असी अज एक ऐसी स्थान पर पहुंचे हाँ जोड़ा कि अज का युग ही है अज के युग जी धर्म है उ है कि लोगों को बुराइयों तो बचा और उही कंसैप्ट लैके तुहानू खुशी हो रही होगी भी तुहाडा बच्चा जिहड़ा हले 34-35 साल की उम्र हैगी आ इन्ना गुरमत दा धारनी आ और किन्ने लोगों की जिंदगी दे विच गां इह एक नवी जिंदगी जिहड़ी हैगी लाइट चगा रहे आ। की कहना चाहोगे? वाहिगुरू जी का खालसा वाहिगुरू जी का फतेह। इह कहना चाहुंदे आ जी शुरू तों जानी तकरीबन 18-17 साल तों मैं बाणी पढ़न लग गया थोड़ी थोड़ी ਪਹਿਲਾਂ ਗੁਰਦੁਆਰੇ 'ਚ ਵੀ ਪੜ੍ਹੀ ਹੈ ਬਾਣੀ ਜਾਣੀ ਫਿਰ ਮੈਂ ਬਾਣੀ ਪੜ੍ਹਦਾ ਮੈਂ ਅੱਧ ਮਿਹਨਤ ਕਰਕੇ ਕਮਾਈ ਵੀ ਕਰੀ ਹੈ ਬੱਚਿਆਂ ਨੂੰ ਪਾਲਿਆ ਵੀ ਹੈ ਸਭ ਕੁਛ ਕਰਿਆ ਜੋ ਵੀ ਸੀਗਾ ਕਰਿਆ ਇਹ ਬੱਚੇ ਫਿਰ ਮੇਰੇ ਨਾਲ ਲੱਗ ਕੇ ਲੱਗਣ ਲੱਗ ਕੇ ਜਾਣੀ ਹੁਣ ਅੱਜ ਦੀ ਘੜੀ ਇਹ ਮੈਥੋਂ ਵੀ ਗਾਂ ਹੈ ਸੇਵਾ ਦੇ ਵਿੱਚ ਇਸ ਗੱਲ ਦੇ ਮੈਥੋਂ ਤੁਹਾਡਾ ਘੇਰਾ ਨਹੀਂ ਹੁੰਦਾ ਮੈਂ ਤਾਂ ਸਿਰਫ ਨਾਲ ਕੋਲ ਬਹਿਣ ਆ ਰਹੀ ਹਾਂ। ਬਾਬਾ ਜੀ ਇਸ ਸਥਾਨ ਦੇ ਉੱਪਰ ਸਭ ਤੋਂ ਵੱਡੀ ਗੱਲ ਆ ਲੰਗਰ ਦੀ कि लंगर एड्डी शुद्धता दे नाल बनाया जाता और कोशिश की जाती जी ताकत वाली चीज़ा बच्चों उ दिखाई जान और असी लस्सी दुध इतने किसी चीज़ की कमी नहीं है वो बारे सू दस कमी इस करके जी इत पहली मेन चीज़ यह है गुरु का नाम लिया जाए 8 घंटे गुरु का नाम लेने वो गुरु का नाम लैना देना तो गुरु ही है जो चंकी चीज़ देती तो मैं देती माड़ी करती तो फलानी नहीं करती ये आम कहावत होगी पर जो कुछ गुरु समर्थ है वो साड़ी नेचर साडा दिमाग जो भी वह करवाउंदा उही करवाउंदा असीं उहदे कहिणां दे पूर्णां दे चल के सेवा कर रहे हैं यह जिथों ताईं होई जिन्ना चिर साहस है जी करांगे भी यह सेवा पर साड़ी सारे ही यह परिवार मनदे ही इहो जी गल नहीं की जिहड़ी सेवा करी आ महाराज साड़ी थाएं लाउंदा। बहुत बहुत धन्यवाद। ਸੇਵਾਦਾਰ ਆ ਜੀ ਇੱਥੇ ਨਾ ਜਾ ਕੇ ਜਾਣਾ ਨੇ ਉੱਥੇ ਹੁਣ ਘਰ ਆ ਕੇ ਵਾਪਸ ਸੇਵਾ ਕਰਨਾ ਕੋਈ ਮਹੀਨਾ ਲਾ ਲਈਏ ਕੋਈ 10 ਦਿਨ ਲਾ ਲਈਏ ਅਸੀਂ ਧੱਕੇ ਨਾਲ ਸੇਵਾ ਨਹੀਂ ਲੈਂਦੇ ਤਿਆਰ ਕਰ ਲੈਂਦੇ
ਆ ਕੇ ਉੱਠ ਜਾਂਦੇ ਕਿ ਸਾਡਾ ਹੁਣ ਮਦਦ ਕਰ ਰਹੇ ਆ, ਕਿਉਂ ਇਹਨਾਂ ਦੀ ਅਸੀਂ ਕਰੀਏ ਅੱਜ ਸਾਡੀ ਮਦਦ ਕਰ ਰਹੇ।